ਮੁੰਡੇ ਆਪਣੇ ਹੀ ਆ ਭਾਜੀ ਆਪਣੇ ਹੀ ਆ ਵਿਨੋਦ ਕੁਮਾਰ ਮੇਰਾ ਨਾਮ ਮੇਰੇ ਪਿਤਾ ਜੀ ਨਾਂ ਦਾ ਬਨਵਾਰੀ ਲਾਲ ਮੈਂ ਦੁਸਹਿਰਾ ਵਗੈਰਾ ਬਣਾ ਰਿਹਾ ਮੈਂ ਔਰ ਦੁਰਗਿਆਨਾ ਮੰਦਿਰ ਦਾ ਇਸ ਟਾਈਮ ਮੇਰੇ ਕੋਲ ਹੀ ਆਰਡਰ ਹੈਗਾ ਮੈਂ ਫਿਰ ਕਿੰਨੇ ਸਾਲ ਬਣਾ ਰਹੇ ਜੀ ਮੇਰੇ ਤੋਂ 125 ਤੋਂ 130 ਸਾਲ ਦੇ ਕਰੀਬ ਕਿਰੇ ਹੋ ਗਏ ਸਾਡੇ ਦੁੱਧੀ ਪੁਸਤੀ ਕੰਮ ਚੱਲ ਰਿਹਾ ਪਹਿਲਾਂ ਕੰਮ ਕਿੰਨੇ ਆਰਡਰ ਆਉਂਦੇ ਹੁਣ ਕਿੰਨੇ ਆਰਡਰ ਆਏ ਜੀ ਅਸੀਂ ਕਹਿੰਦੇ ਗਿਣਤੀ ਮਿੰਤੀ ਦੇ ਆਰਡਰ ਪਹਿਲੇ ਤਾਂ ਬਹੁਤ ਆਰਡਰ ਹੁੰਦੇ ਸੀ ਕਿੰਨੀ ਕੁ ਤਿਆਰੀ ਹੋ ਗਈ ਹੈ ਕਾਫੀ ਤਿਆਰੀ ਹੋ ਗਈ ਹੁਣ ਥੋੜ੍ਹੀ ਰਹਿ ਗਈ ਹੋਈ ਹੈ ਬਸ ਹੁਣ ਤਿਆਰੀ ਤਾਂ ਹੈਗਾ ਕੰਮ ਸਰ ਸਾਨੂੰ ਅੱਜ ਕੱਲ੍ਹ ਬਚਤ ਨਹੀਂ ਹੈਗੀ ਕੋਈ ਸਮਾਨ ਬਹੁਤ ਜ਼ਿਆਦਾ ਮਹਿੰਗਾ ਹੋ ਗਿਆ ਤਾ ਔਰ ਪੈਟਰੋਲ ਡੀਜ਼ਲ ਦਾ ਹਰ ਵਧਨ ਕਰਕੇ ਔਰ ਅਗਲੇ ਵੀ ਸਾਨੂੰ ਕਹਿੰਦੇ ਸਾਨੂੰ ਵੀ ਸ਼ੌਂਕ ਹੈਗਾ ਕੰਮ ਕਰਨ ਦਾ ਕਿ ਅਸੀਂ ਵੀ ਕਹਿੰਦੇ ਜਾਂਦੇ ਯਾਰ ਕੰਮ ਕਰਨਾ ਕਿਸੇ ਤਰੀਕੇ ਵੀ ਕਰਨਾ ਅਤੇ ਅਸੀਂ ਵੀ ਦਿਨ ਤਿਉਹਾਰ ਖਾਲੀ ਨਹੀਂ ਦੇਣਾ ਚਾਹੁੰਦੇ ਅੱਛਾ ਜੀ ਇਹ ਜੇ ਰਮਨ ਬੰਦੇ ਅੰਮ੍ਰਿਤਸਰ ਇਕੱਲੇ ਬੰਦੇ ਜਾਂ ਹੋਰ ਵੀ ਕਿਤੇ ਜਗ੍ਹਾ ਬੰਦੇ ਨੇ ਦੇਖੋ ਜੀ ਅੰਮ੍ਰਿਤਸਰ ਦੇ ਲਾਗੇ ਲਾਗੇ ਜਿਹੜੇ ਵੀ ਸ਼ਹਿਰ ਹੈਗੇ ਇੱਕ 60-70 ਕਿਲੋਮੀਟਰ ਤੱਕ ਉਦੋਂ ਸਾਰੇ ਅੰਮ੍ਰਿਤਸਰ ਬਣ ਕੇ ਜਾਂਦੇ ਆ ਬਟਾਲਾ ਹੋ ਗਿਆ ਢਿਲਵਾਂ ਹੋ ਗਿਆ ਤਰਨ ਤਾਰਨ ਹੋ ਗਿਆ ਸਾਡੇ ਦਾਦਾ ਜੀ ਤਰਨ ਤਾਰਨ ਕੰਮ ਸਿੱਖੇ ਸੀ ਉੱਥੇ ਅੱਜ ਵੀ ਸਾਡਾ ਕੰਮ ਚੱਲਦਾ ਪਿਆ ਵਾ घर घर में रावण की हाल जनाब गल बिल्कुल सही है भाजी ਭਾਈ ਮੇਰਾ ਨਾਮ ਨਿਖਿਲ ਆ ਦੁਸਹਿਰਾ ਬਣਾ ਰਹੇ ਗਏ ਇਸ ਵਾਰੀ ਦੁਸਹਿਰਾ ਯਾਨੀ ਕਿ ਬਣਾ ਰਹੇ ਗਏ ਹਰ ਸਾਲ ਬਣਦਾ ਹੈਗਾ ਪਹਿਲਾਂ ਵੀ ਸਾਲ ਬਣਿਆ ਸੀ ਅਤੇ ਘੱਟ ਬਣੀ ਸੀ ਮੂਰਤੀ ਹੁਣ ਸਾਲ ਬਣੀ ਇਸ ਤੋਂ ਜ਼ਿਆਦਾ ਘੱਟ ਬਣੀ ਪਿਛਲੇ ਸਾਲ ਨਾਲੋਂ ਅਤੇ ਮੱਦਾ ਬਹੁਤ ਜ਼ਿਆਦਾ ਨੇ ਮਹਿੰਗਾਈ ਬਹੁਤ ਜ਼ਿਆਦਾ ਹੋਈ ਹਰ ਸਮਾਨ ਵਿੱਚ ਬਾਂਸ ਵਿੱਚ ਵੀ ਕਾਇਕ ਵਿੱਚ ਵੀ ਮੈਦੇ ਵਿੱਚ ਹਰ ਇੱਕ ਚੀਜ਼ ਸਮਾਨ ਮਹਿੰਗਾ ਹੋਇਆ ਨੇ ਇੱਕ ਮੂਰਤੀ ਗਾਹਕ ਨੂੰ ਦੱਸੀਏ 200 ਰੁਪਏ ਦੀ ਮਾਤਰ ਉਹ ਕਹਿੰਦਾ ਉਹ ਵੀ ਜ਼ਿਆਦਾ ਗਏ ਅਤੇ ਕੀ ਕੀਤਾ ਮੇਰੀ ਮਹਿੰਗਾਈ ਵਿੱਚ ਸਾਡੇ ਰਾਵਣ ਇੰਨੇ ਵੱਡੇ ਵੱਡੇ ਬਣਾਏ ਹੋਏ ਨੇ ਅਸੀਂ ਕੁਛ ਕਰੋ ਭਾਈ ਅੱਗੇ ਤੱਕ ਲੈ ਕੇ ਜੋ ਹੈ ਖਬਰ ਕਿ ਸਾਡੇ ਰਾਵਣ ਅੱਗੇ ਤੱਕ ਪਹੁੰਚਣ ਅਤੇ ਵਿਕਣ 4 ਦਿਨ ਰਹਿ ਗਏ ਨੇ ਜਿਨ੍ਹਾਂ ਦੇ ਵਿਕ ਜਾਂਦੇ ਤਾਂ ਵਿਕ ਜਾਂਦੇ ਨੇ ਜਿਨ੍ਹਾਂ ਦੇ ਰਹਿ ਜਾਂਦੇ ਤਾਂ ਰਹਿ ਜਾਂਦੇ ਨੇ ਜਿਨ੍ਹਾਂ ਦੇ ਰਹਿ ਜਾਂਦੇ ਉਹਨਾਂ ਦਾ ਘੱਟ ਤੋਂ ਘੱਟ 25-30 ਹਜ਼ਾਰ ਰੁਪਏ ਨੁਕਸਾਨ ਹੋ ਜਾਂਦਾ ਨੇ ਹਰ ਸਾਲ ਨੁਕਸਾਨ ਹੁੰਦਾ ਹੀਗਾ ਘੱਟ ਤੋਂ ਘੱਟ 15-20 ਮੂਰਤੀ ਲਾਸਟ ਵਿੱਚ ਬਚ ਜਾਂਦੀਆਂ ਨੇ
ਜਿਹੜੀ ਵਿਕ ਜਾਂਦੀਆਂ ਨੇ ਉਹਦੇ ਵਿੱਚੋਂ ਜਿਹੜੀ ਰਕਮ ਨਿਕਲਦੀ ਉਹ ਬਚ ਕੇ ਉਹਨਾਂ ਨੂੰ ਘੱਟ ਤੋਂ ਘੱਟ 1-2 ਹਜ਼ਾਰ ਰੁਪਿਆ ਉੱਤੇ ਬਚਣਾ। ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਵੀਰ ਭਰਾ ਬਣਾ ਰਹੇ, ਇੰਨੀ ਮਿਹਨਤ ਨਾਲ ਵੇਖਦੇ ਵੀ ਤੁਸੀਂ ਸਾਹਮਣੇ ਕੰਕਾਲ ਦਿਨ ਰਾਤ ਲੱਗੇ ਨੇ। ਗਾਹਕ ਨੂੰ 200 ਰੁਪਏ ਦੱਸੀ ਹੈ ਤਾਂ ਕਹਿੰਦਾ ਬਹੁਤ ਜ਼ਿਆਦਾ ਨੇ। ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਕੋਈ ਸ਼ੋਰੂਮ ਤੋਂ ਸਮਾਨ ਲੈਣ ਜਾਂਦੇ ਨੇ ਉਹਦਾ ਪ੍ਰਿੰਟ ਰੇਟ ਹੁੰਦਾ ਉਹ ਦੇ ਦਿੱਤਾ ਜਾਂਦਾ ਹੈ, ਅਸੀਂ ਪੂਰਾ ਰੇਟ ਦੱਸੀ ਦਾ ਘੱਟ ਦੱਸੀ ਦਾ ਉਹ ਨਹੀਂ ਦਿੱਤਾ ਜਾਂਦਾ। ਸਾਡੀ ਗੁਜ਼ਾਰਿਸ਼ ਹੈਗੀ ਕਿ ਸਾਡੇ ਰਾਵਣ ਨੂੰ ਅੱਗੇ ਤੱਕ ਪਹੁੰਚਾਇਆ ਜਾਵੇ ਕਿ ਵਿਕਣ 'ਤੇ ਸਾਡੀ ਮਦਦ ਹੋ ਸਕੇ, ਬਸ ਇਹ ਹੀ ਦਰਖਾਸਤ ਜੀ।